शांति ओ शांति ये ओ 10 रुपये दे दे जरा की गया 10 रुपये हैं ना मैनू देके गया सा नोटों दा थब्बा जे चो कट के दे दवा तैनू शराब डफण वास्ते ओ सवेरे सवेरे ता चज दे बोल कड लिया कर मुंहों 10 रुपये की मांग ले तू ते सिर दे वाला नु आण पईयां मेरे कोलो कुछ करौणा बैठी बंदिया चुप करके चला जा मैं तैनू दसा ਕੰਮ ਦਾਣਾ ਕਾਜ ਦਾ ਦੁਸ਼ਮਣਾ ਨਾਚ ਦਾ ਦਿਨੇ ਰਾਤ ਸ਼ਰਾਬ ਪੀੜ ਦਾ ਸਵਾ ਕੰਮ ਹੀ ਕੋਈ ਨਹੀਂ ਹੈ ਹੋਰਾਂ ਜਨਾਨੀਆਂ ਦੇ ਬੰਦੇ 2 ਦਿਨ ਸ਼ਰਾਬ ਪੀ ਲੈਣ ਨਾ ਤੇ ਜਰਕਾਉਣ ਨਾ ਮਰ ਜਾਂਦੇ ਆ ਇਹਨੂੰ ਅੰਤਰ ਜਾਣੀ ਦੇ ਨੂੰ ਹੁੰਦਾ ਵੀ ਕੱਖ ਨਹੀਂ ਗਾ ਆਹੋ ਤੂੰ ਤਾਂ ਚਾਹੁੰਦੀ ਆ ਕਿ ਮੈਂ ਮਰਾਂ ਤੇ ਤੂੰ ਦੂਜਾ ਕਰੇ ਪਰ ਭੁੱਲ ਜਾ ਇਹ ਮੈਂ ਹੀ ਆ ਜਿਹੜਾ ਤੈਨੂੰ ਝੱਲੀ ਜਾਂਦਾ ਹੋਰ ਕਿਸੇ ਨੇ ਨਹੀਂ ਝੱਲਣਾ 10 ਰੁਪਈਏ ਮੰਗੇ ਸੀ ਵੀ ਅੱਡੇ ਤੇ ਧੂਫ ਮੁੱਕੀ ਹੋਈ ਆ ਪਰ ਸਵੇਰੇ ਸਵੇਰੇ ਕਲੇਸ਼ ਪਾ ਕੇ ਬਹਿ ਗਈ ਕਲੈਣੀ ਖਬਰਦਾਰ ਜਦ ਮੈਨੂੰ ਕਲੈਣੀ ਕਿਹਾ ਤੇ ਤੇਰੀ ਤਾਂ ਰੋਜ਼ ਹੀ ਧੂਫ ਮੁੱਕੀ ਰਹਿੰਦੀ ਆ ਪਊਵੇ ਚ 10 ਰੁਪਈਏ ਥੁੜਦੇ ਹੋਣੇ ਆ ਨਾ ਤੇ ਬਾਨਾ ਧੂਫ ਦਾ ਉਹ ਮੇਰੀ ਤੇ ਕਿਸਮਤ ਹੀ ਸੜ ਗਈ ਜਿਹੜਾ ਮੈਂ ਤੇਰੇ ਨਾਲ ਵਿਆਹ ਕਰਾ ਲਿਆ ਚੰਗਾ ਭਲਾ ਮੈਨੂੰ ਸਰਪੰਚਾਂ ਦੀ ਭਤੀਜੀ ਦਾ ਰਿਸ਼ਤਾ ਆਉਂਦਾ ਸੀ ਪਰ ਮੈਂ ਉਹਨੂੰ ਲਗਰ ਜੀ ਨੂੰ ਛੱਡ ਕੇ ਆ ਬੁੱਢੇ ਬੋੜ ਨੂੰ ਜਫਾ ਪਾ ਲਿਆ ਕਿਸਮਤ ਸੜ ਗਈ ਮੇਰੀ ਮੈਂ ਕਹਿੰਦੀ ਆ ਮਰ ਜੇ ਉਂਤਰਾ ਵਿਚੋਲਾ ਜਿੰਨੇ ਇਹੋ ਜਿਹੇ ਨਖੱਟੂ ਦਾ ਲੜ ਲਾਤਾ ਮੈਨੂੰ ਮੈਂ ਨਖੱਟੂ ਤੇ ਤੇਰੇ ਪਿਓ ਦੀਆਂ ਤੇ ਜਿੱਦਾਂ ਬੜੀਆਂ ਮਿੱਲਾਂ ਚੱਲਦੀਆਂ ਸੀ ਨਾ ਓਏ ਉਹਦੇ ਤੋਂ ਤੇ ਇੰਨਾ ਨਾ ਸਰਿਆ ਵੀ ਜਵਾਈ ਨੂੰ ਇੱਕ ਚੈਨੀ ਪਾ ਦਿੰਦਾ ਚੈਨੀ ਨਹੀਂ ਤੇਰੇ ਗਲ ਚ ਪਾਉਂਦਾ ਟਾਇਰ ਤੇ ਤੀਲੀ ਲਾਉਂਦੀ ਮੈਂ ਹਾਏ ਮੈਂ ਕੀ ਕਰਾਂ ਮੈਨੂੰ ਤਾਂ ਮਾਪਿਆਂ ਦੀ ਲਾਜ ਮਾਰਦੀ ਆ ਓ ਮੈਨੂੰ ਉਹ ਬੰਦੇ ਦਾ ਨਾਂ ਦੱਸ ਦੇ ਮੈਨੂੰ ਉਹ ਬੰਦੇ ਦਾ ਨਾਂ ਦੱਸ ਦੇ ਜਿਹਨੇ ਤੇਰਾ ਨਾਂ ਸ਼ਾਂਤੀ ਰੱਖਿਆ ਸੀ ਉਹਦੇ ਮੈਂ ਉਸ ਤਰ੍ਹਾਂ ਮਾਰ ਕੇ ਆਵਾਂ ਬਾਂਦਰ ਦੇ ਓ ਤੇਰਾ ਨਾਂ ਤੇ ਕਲੇਸ਼ਣੀ ਚਾਹੀਦਾ ਸੀ ਕਲੇਸ਼ਣੀ ਕਲੇਸ਼ਣੀ ਨਾਂ ਰੱਖਣਾ ਹੀ ਨਾ ਰੱਖ ਆਪਣੀ ਮਾਂ ਦਾ ਜਿਹਨੇ ਪਾਣੀ ਵਾਰਦਾ ਮੇਰੇ ਨਾਲ ਆਡਾ ਲਾ ਲਿਆ ਸੀ ਕਲੇਸ਼ਣੀ ਕਹੇ ਆਪਣੀ ਭੈਣ ਨੂੰ ਜਿਹਨੇ ਨਜ਼ਰਾਂ ਲਾ ਲਾ ਕੇ ਮੇਰੀ ਕਿਤੇ ਸਿਹਤ ਨਹੀਂ ਬਣਨ ਦਿੱਤੀ ਓ ਮੈਂ ਸਦਕੇ ਜਾਵਾਂ ਕਮਜ਼ੋਰੀ ਦੇਵੀ ਦੇ ਓ ਜੇ ਮੇਰੀ ਭੈਣ ਨੇ ਤੇਰੀ ਸਿਹਤ ਨਹੀਂ ਨਾ ਬਣਨ ਦਿੱਤੀ ਤੇ ਉਹਦਾ ਸਾਨ ਮੰਨ ਨਹੀਂ ਤਾਂ ਤੈਨੂੰ ਗਰਾਊਂਡ 'ਚ ਰਹਿਣਾ ਪੈਣਾ ਸੀ ਸਰੂਪ ਨਖੀਏ ਮੈਂ ਸਰੂਪ ਨਖਾਵਾਂ ਨਾ ਜੇ ਮੈਂ ਸਰੂਪ ਨਖਾਵਾਂ ਤਾਂ ਤੂੰ ਰਾਵਣ ਆ ਰਾਵਣ ਓਏ ਆਪਾਂ ਲੜਾਈ ਲੜਾਈ 'ਚ ਭੈਣ ਭਰਾ ਬਣ ਚੱਲੇ ਸੀ ਮੂਰਖੇ ਨਹੀਂ ਦੇਣੇ 10 ਰੁਪਈਏ ਨਾ ਦੇ ਰੱਬ ਨੇ ਸਾਨੂੰ ਹੁਨਰ ਦਿੱਤਾ ਮੈਂ ਆਪੇ ਕਮਾ ਕੇ ਲੈ ਆਊਂਗਾ ਧੂਫ ਸਵੇਰੇ ਸਵੇਰੇ ਸਿਆਪਾ ਪਾ ਕੇ ਬਹਿ ਜਾਂਦੀ ਆ ਸਿਆਪਾ ਮੈਂ ਨਹੀਂ ਪਾਉਂਦੀ ਸਿਆਪਾ ਪਾਉਂਦੇ ਤੇਰੇ ਜਾਣਦੇ ਜਿਨ੍ਹਾਂ ਨੇ ਜੰਮ ਕੇ ਤੈਨੂੰ ਮੇਰੇ ਜੋਗਾ ਛੱਡ ਦਿੱਤਾ ਔਂਤਰੇ ਵੇਲਣ ਸ਼ਰਾਬੀ ਨੂੰ ਚਾਚਾ ਖਾਏ ਪਰੋਠੇ ਚਾਚੀ ਦੇ ਠਹਿਰ ਜੋ ਤੁਹਾਡੀ ਕਤੀੜ ਦੀ ਸਾਰੇ ਜੰਮੇ ਅਜੇ ਹੈ ਨਹੀਂ ਟਿਚਰਾ ਕਰਦੇ ਪਿਓ ਨੂੰ ਪਰੋਠਾ ਖੜ ਜਾ ਪੁੱਛਦਾ ਮੈਂ ਤੁਹਾਡੀਆਂ ਮਾਵਾਂ ਨੂੰ ਜਾ ਕੇ ਜਿਹੜੀਆਂ ਭੇਜ ਦਿੰਦੀਆਂ ਸਵੇਰੇ ਹੀ ਗਲੀਆਂ 'ਚ ਬਾਂਟੇ ਖੇਡਣ ਨੂੰ ਅਕਲ ਨਹੀਂ ਦਿੰਦੀਆਂ ਬਾਂਦਰਾਂ ਨੂੰ ਹੇ ਰੱਬਾ ਮੇਰਿਆ ਮੈਨੂੰ ਸ਼ਾਂਤੀ ਦੇ ਦੇ ਓਏ ਬੰਦਾ ਬਣ ਜਾ ਓਏ ਪਿਆਰਿਆ ਨਹੀਂ ਤੇ ਮੈਂ ਮਾਰ ਕੇ ਉਸ ਤਰ੍ਹਾਂ ਤੇਰੀ ਧੌਣ ਤੇ ਤੈਨੂੰ ਰੱਬ ਨੂੰ ਪਿਆਰਾ ਕਰ ਦੇਣਾ ਆ ਦੇਖ ਲੈ ਰੱਬਾ ਕੈਸਾ ਜ਼ਮਾਨਾ ਆ ਗਿਆ ਹੁਣ ਅਸੀਂ ਤੇਰੇ ਕੋਲੋਂ ਕੁਝ ਮੰਗ ਵੀ ਨਹੀਂ ਸਕਦੇ ਮੈਂ ਮਾਰਕੀਟ ਤੇਰਾ ਖਪਾੜ ਖੋਲ ਦੇਣਾ ਸਾਰਾ ਸ਼ਕਲ ਨਹੀਂ ਦੇਖਦਾ ਆਪਣੀ ਕਿਉਂ ਮੇਰੀ ਸ਼ਕਲ ਤੇ ਫਿੱਟੇ ਮੂੰਹ ਲਿਖਿਆ ਫਿੱਟੇ ਮੂੰਹ ਨਹੀਂ ਦਰ ਫਿਟੇ ਮੂੰਹ ਲਿਖਿਆ ਤੇਰੇ ਬੂਥੇ ਤੇ ਉਹ ਮੈਨੂੰ ਕਲਪਾ ਨਾ ਸਵੇਰੇ ਸਵੇਰੇ ਨਹੀਂ ਤਾਂ ਅੱਜ ਮੈਂ ਮਰਦੇ ਨੇ ਤੇਰੇ ਵਾਲਾ ਅੱਕ ਚੱਪ ਦੇਣਾ ਹੀ ਕੀ ਹੋ ਗਿਆ ਤਾਰਾ ਚੰਦ ਇਹਨੂੰ ਸਮਝਾ ਲਾ ਭੋਲਿਆ ਵਿੰਗੇ ਜੇ ਨੂੰ ਨਹੀਂ ਤਾਂ ਮੈਂ ਮਾਰ ਮਾਰ ਕੇ ਇਹਨੂੰ ਤਕਲੇ ਵਰਗਾ ਸਿੱਧਾ ਕਰ ਦੇਣਾ ਨਾ ਮੈਂ ਕੀ ਤੇਰਾ ਬਾਂਦਰ ਧੁੱਪੇ ਬੰਦਾ ਆ ਦੇਖ ਲਓ ਭਾਈ ਮੈਂ ਰੱਬ ਕੋਲੋਂ ਸ਼ਾਂਤੀ ਮੰਗਦਾ ਤੇ ਤਾਰਾ ਮੇਰੇ ਐਵੇਂ ਗੱਲ ਪੈਂਦਾ ਰਹਿੰਦਾ ਤਾਰਾ ਚੰਦਾ ਇਹਦੇ 'ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਹਰ ਬੰਦਾ ਸ਼ਾਂਤੀ ਤਾਂ ਮੰਗਦਾ ਹੀ ਏ ਅੱਛਾ ਤਾਂ ਸਾਰੀ ਕਤੀੜ ਹੀ ਰਲੀ ਹੋਈ ਆ ਆਇਓ ਮੇਰੀ ਦੁਕਾਨ ਤੇ ਸ਼ੇਪ ਕਰਾਣ ਜੇ ਕੱਲੇ ਕੱਲੇ ਦਾ ਕਾਟਾ ਨਾ ਨਾ ਵੱਢਿਆ ਤੇ ਮੇਰਾ ਨਾਂ ਵਟਾ ਦਿਓ ਫੇਰ ਕੀ ਨਾਂ ਰੱਖਾਂਗੇ ਇਹਦਾ ਫੇਰ ਇਹਦਾ ਨਾਂ ਰੱਖਾਂਗੇ ਤਾਰਾ ਰਣਵਰੀਤ ਖਬਰਦਾਰ ਖਬਰਦਾਰ ਨਾ ਹੋਰ ਤੇਰਾ ਨਾਂ ਟੀਪੂ ਸੁਲਤਾਨਾ ਕਰ ਦਿਆ ਉਹ ਦਿਨ ਚੜਦੇ ਨੂੰ ਤੂੰ ਦਾਰੂ ਟੱਪਣੀ ਸ਼ੁਰੂ ਕਰ ਦਿੰਦੇ ਰਾਤ ਨੂੰ ਭਾਬੀ ਕੋਲੋਂ ਹੱਥ ਹੌਲਾ ਕਰਾ ਕੇ ਜਾ ਕੇ ਸੌ ਜਾਣਾ ਉਹ ਤੇਰੀ ਕੋਈ ਜ਼ਿੰਦਗੀ ਆ ਮੇਰੇ ਕੋਲ ਜਨਾਨੀ ਦਾ ਹੈ ਜੀ ਹੁਣ ਤੈਨੂੰ ਕੰਗਲੇ ਨੂੰ ਕੋਈ ਸਾਥ ਵੀ ਨਹੀਂ ਦੇਣਾ ਦੇਖ ਕਿੱਦਾਂ ਆਪਣੀਆਂ ਟੁੱਟੀਆਂ ਜੀਆਂ ਬਾਹਰ ਆਈ ਜਾਂਦਾ ਬੇਬਾਕੀਆਂ ਮੇਰੇ ਹੁਸਨ ਤੇ ਕੁਝ ਨਾ ਬੋਲੀ ਜੇ ਮੈਨੂੰ ਤੇਰੀ ਨਜ਼ਰ ਲੱਗ ਗਈ
ਮੈਨੂੰ ਸ਼ਾਂਤੀ ਕਿਵੇਂ ਮਿਲੂ? ਫੇਰ ਸ਼ਾਂਤੀ ਜਾ ਚਲਾ ਜਾ ਘਰ ਬੈਠੀ ਭੈਣ ਤੇਰੀ ਸ਼ਾਂਤੀ ਬਣਵਾ ਲਿਆ ਉਹਦੇ ਤੋਂ ਰੱਖੜੀ ਟੁੱਟੀ ਬਾਤ ਹੈ ਸਵੇਰੇ ਸਵੇਰੇ ਸਾਰਾ ਮੂਡ ਉਹਨਾਂ ਦਾ ਪਾਈਆ ਪੀ ਕੇ ਫੇਰ ਕਰੂੰ ਤੇਰੇ ਟੱਕਰੇ ਓਨੀ ਦੇਰ ਤੱਕ ਆਪਣੇ ਲਈ ਖਬਰ ਸੀ ਕੇ ਰੱਖ ਲਾ ਫੇਰ ਹੀ ਮਿਲੂ ਤੈਨੂੰ ਸ਼ਾਂਤੀ ਜਿਹੜਾ ਇਹ ਬਿਮਲਾ ਬੋਲੀ ਆ ਗਈ ਹੋਰ ਸਿਰ ਦਿਖਾਉਣ ਨੂੰ ਤੈਨੂੰ ਵੇਖੋ ਮੂੰਹ ਚੁੱਕੇ ਤੁਰਿਆ ਹੁੰਦਾ ਵਾ ਕੀ ਕਰੀ ਜਾਂਦੀ ਹੈ ਸ਼ਾਂਤੀਏ ਤੈਨੂੰ ਦੀਦਾ ਨੀ ਹੈ ਚਾਚੀ ਝਾੜੂ ਆੜੂ ਨੀ ਆੜੂ ਇਸ ਮੌਸਮ ਚ ਕਿੱਥੇ ਆੜੂ ਤਾਂ ਲਿਆਉਂਦਾ ਹੁੰਦਾ ਸੀ ਤੇਰਾ ਚਾਚਾ ਐਡੇ ਐਡੇ ਵੱਡੇ ਆੜੂ ਕੀ ਹਦਵਾਣੇ ਵੀ ਕੀ ਹੋਣੇ ਆ ਕਿਧਰ ਆਈ ਆ ਨੀ ਚਾਹ ਨੀ ਪੀਣੀ ਗੈਸ ਹੋ ਜਾਂਦੀ ਆ ਚਾਹ ਨਾ ਮੈਂ ਤੇ ਚਾਹ ਦਾ ਨਾਮ ਨੀ ਲਿਆ ਚਾਚੀ ਆ ਸੂਟ ਇਹ ਮੇਰੀ ਭਰਜਾਈ ਨੇ ਦਿੱਤਾ ਸੀ ਮੁੰਡੇ ਜੰਮੇ ਦਾ ਕਹਿੰਦੀ ਸੀ 100 ਰੁਪਈਏ ਮੀਟਰ ਆਇਆ 100 ਰੁਪਈਏ ਮੀਟਰ ਨਾਲੇ ਹੋਰ ਕੁਝ ਨੀ ਲੋੜ ਚ ਰਹਿੰਦਾ ਤਾਂ ਰਹਿਣ ਦੇ ਤੈਨੂੰ ਕੁਝ ਕਹਿੰਦਾ ਤਾਰਾ ਚੰਦ ਭਾਵਾਂ ਮੂੰਹ ਦਾ ਕੌੜਾ ਪਰ ਹੈ ਬੜਾ ਦਿਲ ਦਾ ਮਿੱਠਾ ਇੰਨਾ ਹੀ ਮਿੱਠਾ ਆ ਨਾ ਤਾਂ ਲੈ ਜਾ ਘਰੇ ਖੋਰ ਲਿਆ ਕਰੀ ਲੱਸੀ ਚ ਨੀ ਜੱਸੀ ਨੀ ਮੰਨਦੀ ਅਜੇ ਕਹਿੰਦੀ ਆ ਸਿਲਾਈ ਕਢਾਈ ਸਿੱਖਣੀ ਆ ਚਾਚੀ ਤੇਰੇ ਤੇ ਸਪੀਕਰ ਬੰਦ ਨੇ ਕਿਉਂ ਮੇਰਾ ਸਿਰ ਖਾਈ ਜਾਂਦੀ ਆ ਮੈਂ ਤੈਨੂੰ ਕੁਝ ਕਹਿੰਦੀ ਆ ਤੇ ਤੂੰ ਅੱਗੇ ਹੋਰ ਹੀ ਵਾਜੇ ਵਜਾਈ ਜਾਂਦੀ ਆ ਨੀ ਬੈਦ ਨੇ ਤਾਂ ਮਨਾ ਕੀਤਾ ਪਰ ਫੇਰ ਵੀ ਮੈਂ ਤਾਂ ਖਾਈ ਜਾਂਦੀ ਆ ਚੌਲ ਕੌਲਿਕ ਖੰਡ ਦੇ ਬੀਬੀ ਰਾਣੀ ਜਦ ਮੇਰੇ ਘਰ ਹੋਊਗੀ ਨਾ ਉਦੋਂ ਤੈਨੂੰ ਮੋੜ ਦਊ ਅੱਗੇ ਤਾਂ ਇੰਨਾ ਕੁਝ ਲੈ ਕੇ ਗਈ ਆ ਕਦੀ ਕੁਝ ਮੋੜਿਆ ਨੀ ਗਾ ਚਾਚੀ ਖੰਡ ਨੀ ਹੈਗੀ ਮੈਂ ਕਿਹਾ ਮੇਰਾ ਜੀ ਵੀ ਬਿਨਾ ਚਾਹ ਪੀਤਿਆਂ ਗਿਆ ਵਾ ਕੰਮ ਤੇ ਕੌਣ ਮੈਂ ਕਿਹਾ ਮੇਰਾ ਜੀ ਤਾਰਾ ਚੰਦ ਉਹ ਆਉਂਦਾ ਵਣਾ ਸ਼ਾਮ ਨੂੰ ਲੈ ਕੇ ਖੰਡ ਤੇ ਤੇਰੇ ਵੱਲ ਘੱਲਦੀ ਆ ਨੀ ਕਿਹਨੂੰ ਭੇਜੇਗੀ ਮੇਰੇ ਵੱਲ ਤਾਰਾ ਚੰਦ ਨੂੰ ਨੀ ਮੈਂ ਫੂਕਣਾ ਤੇਰੇ ਤਾਰਾ ਚੰਦ ਨੂੰ ਮੈਂ ਤਾਂ ਅੱਗ ਵਣਾ ਲਾਵਾਂ ਪਰਾਏ ਬੰਦੇ ਨੂੰ ਉਹਨੂੰ ਭੇਜਣਾ ਤਾਂ ਭੇਜ ਆਪਣੀ ਮਾਂ ਕੋਲ ਹਾਏ ਹਾਏ ਨੀ ਚਾਚੀ ਮੈਂ ਤੈਨੂੰ ਕੀ ਗਲਤ ਕਹਿ ਦਿੱਤਾ ਵਾ ਨੀ ਤੇਰੀ ਕੌਲੀ ਖੰਡ ਪਿੱਛੇ ਅਸੀਂ ਹੁਣ ਪਾਪ ਕਰ ਲਈਏ ਆਈ ਵੱਡੀ ਤਾਰਾ ਚੰਦ ਵਾਲੀ ਨੀ ਮੈਂ ਜੁੱਤੀ ਤੇ ਲਿਖਦੀ ਆ ਤੇਰੀ ਖੰਡ ਨੂੰ ਨਾਲੇ ਤੇਰੇ ਕੰਜੇ ਤਾਰਾ ਚੰਦ ਨੂੰ ਆਈ ਵੱਡੀ ਓਹ ਹਾਏ ਦਰ ਫੜੇ ਮੂੰਹ ਜਿਵੇਂ ਗਿਆਲਾ ਇਹਨਾਂ ਦੀ ਦਾਰੂ ਹੁੰਦੀ ਬੜੀ ਖਾਲਸ ਸੀ ਜਿੱਦਰਾਂ ਦੀ ਜਾਂਦੀ ਆ ਲੀਹ ਕੀ ਪਾਉਂਦੀ ਤੇਰੀ ਜਾਂਦੀ ਆ ਬੱਲੇ ਆ ਸਕੀਪੀਆ ਇਹ ਤੂੰ ਪਰਾਉਣਾ ਹੀ ਹੈ ਪੈਸੇ ਉਧਾਰ ਲਈ ਜਾਂਦੇ ਸਾਡੇ ਕੋਲੋਂ ਤੇ ਤਰੀਫਾਂ ਕਰੀ ਜਾਂਦਾ ਦਾਰੂ ਵਾਲਿਆਂ ਦੀਆਂ ਉਹ ਤੂੰ ਮੇਰਾ ਹੈ ਵੀ ਤੇ ਲੰਗੋਟੀਆ ਯਾਰ ਆ ਔਖੇ ਵੇਲੇ ਤੂੰ ਵੀ ਤੇ ਮੇਰਾ ਡੰਗ ਸਾਰਦਾ ਸੁਖਿਆ ਪਰ ਇੱਕ ਗੱਲ ਹੀ ਜੇ ਅੱਜ ਮੈਨੂੰ ਤੂੰ ਨਾ ਮਿਲਦਾ ਨਾ ਤਾਂ ਮੈਂ ਕਿਸੇ ਦੇ ਖੂਹ 'ਚ ਛਾਲ ਮਾਰ ਕੇ ਮਰ ਜਾਣਾ ਸੀ ਐਵੇਂ ਕਿਸੇ ਦਾ ਖੂਹ ਗੰਦਾ ਕਰਨਾ ਸੀ ਨਾਲੇ ਤੈਨੂੰ ਦੁੱਖ ਕੀ ਚੰਬੜਿਆ ਹੋਇਆ ਜਿਹੜਾ ਦਿਨੇ ਹੀ ਪੀ ਕੇ ਤੇ ਮਰਨ ਦੀਆਂ ਗੱਲਾਂ ਕਰਦਾ ਤੈਨੂੰ ਤਾਂ ਜਿੱਦਾਂ ਪਤਾ ਹੀ ਨਹੀਂ ਨਾ ਉਹ ਮੇਰੀ ਜਨਾਨੀ ਬਾਰੇ ਤਾਂ ਤੂੰ ਜਾਣਦਾ ਹੀ ਆ ਨਾ ਉਹ ਹੈਗੀ ਵਿਚਾਰੀ ਭੋਲੀ ਤੇ ਉਹ ਜਿਹੜਾ ਪਿਆਰਾ ਦਰਜੀ ਆ ਨਾ ਉਹ ਮੇਰੀ ਜਨਾਨੀ ਤੇ ਅੱਖ ਰੱਖਦਾ ਹੀ ਅੱਖ ਉਹ ਮੇਰੀ ਜਨਾਨੀ ਨੂੰ ਜਾ ਕੇ ਭੜਕਾਉਂਦਾ ਰਹਿੰਦਾ ਬਈ ਜੀ ਤਾਰਾ ਚੰਦ ਸ਼ਰਾਬੀ ਆ ਤਾਰਾ ਚੰਦ ਕਬਾਬੀ ਆ ਚਲੋ ਸ਼ਰਾਬੀ ਤੇ ਮੰਨਿਆ ਪਰ ਕਬਾਬੀ ਨਾ ਬੰਦਾ ਪੁੱਛੇ ਵੀ ਆ ਕਬਾਬ ਆ
ਬਸ ਉਹਦੀਆਂ ਗੱਲਾਂ ਚ ਆ ਕੇ ਮੇਰੀ ਸ਼ਾਂਤੀ ਦਿਨੇ ਹੀ ਫੂੜੀ ਪਾ ਕੇ ਬਹਿ ਜਾਂਦੀ ਤੇ ਕਰਨ ਲੱਗਦੀ ਆਪਣੇ ਸਿਰ ਦੇ ਸਾਈ ਦਾ ਸਿਆਪਾ। ਉਦੋਂ ਸਿਰ ਦਾ ਸਾਈ ਹੈ ਕੌਣ? ਮੈਂ ਹੀ ਆ ਮੂਰਖਾ, ਹੋਰ ਕੌਣ ਆ? ਤੇਰੀ ਇਹੋ ਹੀ ਗੱਲ ਬੜੀ ਮਾੜੀ ਹੈ, ਸਾਡੇ ਪੈਸਿਆਂ ਦੀ ਪੀ ਕੇ ਤੇ ਸਾਨੂੰ ਹੀ ਮੂਰਖ ਕਹੀ ਜਾਂਦਾ। ਤੂੰ ਗੱਲਾਂ ਵੀ ਤੇ ਮੂਰਖਾਂ ਵਾਲੀਆਂ ਹੀ ਕਰਦਾ ਨਾ। ਮੈਨੂੰ ਲੱਗਦਾ ਤੈਨੂੰ ਚੜ ਗਈ। ਹਾਲੇ ਮੈਨੂੰ ਚੜੀ ਚੁੜੀ ਨਹੀਂ ਹੋ, ਪਰ ਇੱਕ ਦਿਨ ਐਸਾ ਆਊਗਾ ਜ਼ਰੂਰ ਭਾਈ ਸਾਹਿਬ ਜਦੋਂ ਸਾਰੀ ਦੁਨੀਆ ਮੰਨੂਗੀ ਮੇਰੀ ਸਿਆਣਪ ਨੂੰ। ਕਿਤੇ ਫੇਰ ਨਾ ਸਹੁਰਾ ਬੈਠਾ ਹੋਵੇ ਪਿਆਰਾ ਦਰਜੀ ਮੇਰੀ ਸ਼ਾਂਤੀ ਦੇ ਕੋਲ, ਤੇ ਭਰਦਾ ਹੋਵੇ ਉਹਦੇ ਕੰਨ। ਅੱਜ ਫੇਰ ਬਿਨਾਂ ਬੋਣੀ ਕੀਤਿਆਂ ਹੀ ਤੇਰਾ ਲਾਡਲਾ ਦਾਰੂ ਪੀਣ ਗਿਆ ਤਾਰਾ ਚੰਦ। ਵੇ ਉਹਨੂੰ ਮੇਰਾ ਲਾਡਲਾ ਕਿਉਂ ਕਹਿੰਦਾ ਵਾ? ਉਹ ਮੇਰਾ ਘਰ ਵਾਲਾ ਆ, ਮੇਰਾ ਪੁੱਤ ਨੀ। ਚੱਲ ਕੀ ਫਰਕ ਪੈਂਦਾ, ਪਰ ਦੇਖ ਲੈ ਤੂੰ ਲੜ ਕੇ ਵੀ ਦੇਖ ਲਿਆ ਪਰ ਉਹ ਬੰਦੇ ਦਾ ਪੁੱਤ ਨਹੀਂ ਬਣਿਆ। ਸਹੀ ਕਹਿੰਦਾ ਵਾ ਤੂੰ ਪਿਆਰਿਆ, ਮੈਂ ਤੇ ਪਿਆਰ ਨਾਲ ਵੀ ਵੇਖ ਲਿਆ, ਲੜ ਕੇ ਵੀ ਵੇਖ ਲਿਆ, ਮੈਂ ਤੇ ਸਮਝਾ ਸਮਝਾ ਕੇ ਵੀ ਵੇਖ ਲਿਆ, ਰੁੱਸ ਕੇ ਵੀ ਵੇਖ ਲਿਆ, ਪਰ ਇਸ ਢੀਠ ਦੇ ਸਿਰ ਤੇ ਜੂੰ ਤੱਕ ਨਹੀਂ ਉਹ ਸਰਕੀ। ਜੂੰ ਤਾਂ ਟਿਕਦੀ ਨਹੀਂ ਉਹਦੇ ਗੰਜੇ ਜਿਹੇ ਸਿਰ ਤੇ। ਮੈਂ ਤਾਂ ਕਹਿੰਦਾ ਕੋਈ ਤਕੜਾ ਜਿਹਾ ਬੰਦਾ ਲੱਭ ਕੇ ਉਹਦੇ ਕੋਲੋਂ ਫਾਂਡਾ ਕਰਾਈਏ, ਫੇਰ ਹੀ ਉਹਨੇ ਸੁਧਰਨਾ। ਚੱਲ ਛੱਡ ਭਾਬੀ, ਮੈਂ ਕਹਿੰਦਾ ਆਪਣੇ ਭਰਾਵਾਂ ਤੋਂ ਹੀ ਉਹਦੇ ਮੋਰ ਪਨਾ ਛੱਡ। ਨਾ ਵੇ, ਉਹਨਾਂ ਨੇ ਨਹੀਂ ਮੰਨਣਾ, ਉਹ ਸਾਰੇ ਤੇ ਆਪਣੇ ਜੀਜਾਂ ਨੂੰ ਉਸਤਾਦ ਮੰਨਦੇ ਨੇ। ਹਜਾਮਤਾ ਦਾ ਕੰਮ ਵੀ ਇਹਦੇ ਕੋਲੋਂ ਹੀ ਤਾਂ ਸਿੱਖਿਆ ਸੀ ਮੇਰੇ ਵੀਰਾਂ ਨੇ। ਅਸਲ ਵਿੱਚ ਭਾਬੀ, ਮੇਰੇ ਕੋਲ ਤੇਰਾ ਦੁੱਖ ਦੇਖਿਆ ਨਹੀਂ ਜਾਂਦਾ। ਜੇ ਤੂੰ ਆਖੇ ਲੱਭਾਂ ਕੋਈ ਬੰਦਾ ਜਿਹੜਾ ਤਾਰਾ ਚੰਦ ਦੀ ਛਤਰਾਲ ਕਰੇ ਤੇ ਉਹਨੂੰ ਦਾਰੂ ਤੋਂ ਹਟਾਵੇ। ਗੱਲ ਤਾਂ ਤੇਰੀ ਠੀਕ ਆ, ਸਿਆਣੇ ਵੀ ਕਹਿੰਦੇ ਨੇ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਦੇਖ ਲੈ। ਪਰ ਬੰਦਾ ਐਸਾ ਲੱਭੀ ਜਿਹੜਾ ਕੁੱਟੇ ਘੱਟ ਪਰ ਡਰਾਵੇ ਜ਼ਿਆਦਾ। ਤੂੰ ਚਿੰਤਾ ਹੀ ਨਾ ਕਰ ਭਾਬੀ, ਮੈਂ ਕਰਦਾ ਹੀਲਾ। ਆਪਣੇ ਰੁਪਈਏ 50 ਕੁ ਚਾਹੀਦੇ ਸੀ, ਉਹ ਸਾਰੀ ਮਸ਼ੀਨ ਫਿਰ ਧਾਗਾ ਤੋੜੀ ਜਾਂਦੀ ਹੈ। ਪੈਸੇ ਤਾਂ ਤੂੰ ਲੈ ਜਾ, ਪਰ ਇਹ ਵੇਖ ਲਾ ਮੇਰੇ ਬੰਦੇ ਨੂੰ ਬੰਦਾ ਬਣਾਉਣ ਦੀ ਜ਼ਿੰਮੇਵਾਰੀ ਤੇਰੀ ਆ ਬਸ। ਇਹ ਜ਼ਿੰਮੇਵਾਰੀ ਹੁਣ ਮੇਰੀ ਆ ਭਾਬੀਏ, ਹੁਣ ਦੇਖ ਤੂੰ ਰੰਗ ਪਿਆਰੇ। ਕੀ ਤੋ ਡਰਨੇ ਫਰਿਸ਼ਤੇ ਤੇ ਮੈਥੋ ਡਰੇ ਖੁਦਾ, ਅੱਜ ਮੈਂ ਪਾਈਆ ਪੀ ਲਿਆ ਤੇ ਮੈਂ ਪਿਆਰਾ ਲੈਣਾ ਢਾ ਪੈਰੀ ਪਏ ਚਾਚੀ। ਕੀ ਗੱਲ ਚਾਚੀ, ਬੜਾ ਤੱਤੀ ਹੋਈ ਫਿਰਦੀ ਆ। ਆਪਣੀ ਜਨਾਨੀ ਨੂੰ ਸਮਝਾ ਲਾ ਤਾਰਿਆ, ਨਹੀਂ ਤਾਂ ਮੇਥੋਂ ਬੁਰੀ ਕੋਈ ਨੀ। ਜੇ ਮੇਰੇ ਸਮਝਾਇਆ ਸਮਝਦੀ ਹੁੰਦੀ ਸ਼ਾਂਤੀ ਤੇ ਰੋਣਾ ਹੀ ਕਾਹਦਾ ਸੀ ਚਾਚੀ, ਪਰ ਤੂੰ ਉਹਦੇ ਖਿਲਾਫ ਕਾਹਦਾ ਮੁਕੱਦਮਾ ਚੁੱਕੀ ਫਿਰਦੀ ਆ। ਨਾ ਕੌਲੀ ਖੰਡ ਦੀ ਤਾਂ ਮੈਂ ਕੀ ਲੈਣ ਟੁਰ ਗਈ, ਮੈਨੂੰ ਕਹਿੰਦੀ ਤਾਰਾ ਚੰਦ ਲੈ ਜਾ, ਨਾ ਮੈਂ ਤੈਨੂੰ ਫੂਕਣਾ। ਮੈਂ ਤਾਂ ਤੇਰੇ ਚਾਚੇ ਨੂੰ ਘਾ ਨਹੀਂ ਪਾਇਆ ਕਦੀ, ਤੂੰ ਕਿਹੜੇ ਖੇਤ ਦੀ ਮੂਲੀ ਹੈ? ਉਹਨੂੰ ਸਮਝਾ ਲਈ, ਅੱਗੂ ਤਾਂ ਨਹੀਂ ਜੇ ਘੁਮਾ ਕੇ ਨਾ ਹੱਥ 'ਚ ਫੜਾ ਦਊਂ, ਨਾਲੇ ਆ ਬਾਂਦਰ ਬੂਥੀ ਜੇ ਭੰਨ ਕੇ ਰੱਖ ਦਊਂ। ਮਾਫ਼ ਕਰ ਚਾਚੀ, ਮਾਫ਼ ਕਰ, ਜਿਹੜਾ ਵੀ ਆਉਂਦਾ ਸਿੱਧਾ ਮੇਰੇ 'ਤੇ ਹੀ ਚੜਿਆ ਆਉਂਦਾ ਬਿਨਾਂ ਬ੍ਰੇਕੋਂ। ਪਤਾ ਨਹੀਂ ਸਵੇਰੇ ਸਵੇਰੇ ਕਿਹਦਾ ਮੂੰਹ ਦੇਖ ਲਿਆ ਸੀ, ਮੂੰਹ ਤਾਂ ਮੈਂ ਆਪਣਾ ਹੀ ਦੇਖਿਆ ਸੀ ਸ਼ੀਸ਼ੇ 'ਚ, ਸਾਰੀ ਪੀਤੀ ਲੈ ਗਈ। ਚਲੋ ਮੁੜ ਕੇ ਫੇਰ ਸੁੱਖੇ ਨੂੰ ਲੱਭਦੇ ਹਾਂ, ਪਾਈਆ ਪੀ ਕੇ ਆਉਂਦੇ ਹਾਂ, ਹੱਟੀ ਫੇਰ ਹੀ ਖੋਲ੍ਹਾਂਗੇ। ਉਹ ਲੱਭਾ, ਉਹ ਲੱਭਾ, ਇਹ ਤੂੰ ਮੇਰੇ ਨਾਲ ਤੀਹ ਦਿੱਤਾ, ਮੇਰੀ ਪਿਆਲੀ ਧੀ ਨੂੰ ਪਾਦਲ ਤੇ ਦੁੰਦੀ ਬਣਾ ਤੇ ਤੈਨੂੰ ਤੀਹ ਮਿਲਿਆ ਲੱਭਾ। ਹੌਸਲਾ ਕਰੋ ਚੌਧਰੀ ਸਾਹਿਬ, ਤੁਸੀਂ ਗੁੱਡੀ ਨੂੰ ਠੀਕ ਕਰਾਉਣ ਲਈ ਕਿਹੜੀ ਕੋਈ ਕਸਰ ਛੱਡੀ ਹੈ? ਉਹ ਮੈਂ ਕਿਹਾ ਚੌਧਰੀ ਜੀ, ਤੁਸੀਂ ਕਿਹੜਾ ਡਾਕਟਰ, ਕਿਹੜਾ ਸਿਆਣਾ ਜਾਂ ਕਿਹੜਾ ਹਕੀਮ ਹੈ ਜਿਹੜਾ ਨਹੀਂ ਬੁਲਾਇਆ? ਤੋਈ ਤਾਂ ਹੋਏਦਾ ਜਿਹੜਾ ਮੇਰੀ ਧੀ ਨੂੰ ਠੀਕ ਕਰ ਸਕਦਾ ਹੋਏਦਾ। ਜਾਓ
ਮੇਰੇ ਸਾਰੇ ਬੰਦਿਆਂ ਨੂੰ ਪੂਲੇ ਲਾਤੇ ਭੇਜ ਦਿਓ ਤੇ ਉਹਨਾਂ ਨੂੰ ਤੋ ਤੇ ਇੱਤ ਤਪਿੰਦ ਤੇ ਦਾ ਤੇ ਧੁੰਮ ਤੇ ਤੋਈ ਹਤੀਮ ਤੋਈ ਸਿਆਣਾ ਤੋਈ ਵੈਦ ਤੋਈ ਦਾਤਰ ਲਾਤੇ ਲਿਆਓ ਜਿਵੇਂ ਤੁਹਾਡਾ ਹੁਕਮ ਹਜ਼ੂਰ ਉਹ ਮੇਲਿਆ ਲੱਭਾ ਇਹ ਤੂੰ ਮੇਰੇ ਨਾਲ ਤੀ ਤੀਤਾ ਹਾਂਜੀ ਮਹਾਰਾਜ ਹੁਕਮ ਕਰੋ ਕਮੀਜ਼ ਪਜਾਮੇ ਸਵਾਉਣੇ ਜਾਂ ਸਿਰਫ ਕੱਛੇ ਤੁਸੀਂ ਕੱਪੜੇ ਸਵਾਉਣ ਨਹੀਂ ਆਏ ਹੋਰ ਤੁਸੀਂ ਪੈਂਚਰ ਲਾਉਣ ਆਏ ਹੋ ਓਏ ਟਿੱਚਰਾਂ ਨਾ ਕਰੋ ਇਹ ਜਨੌਰਾ ਜੀ ਅਸੀਂ ਪਹਿਲਾਂ ਹੀ ਬੜੇ ਅੱਕੇ ਹੋਏ ਹੀ ਕੀ ਗੱਲ ਹੋ ਗਈ ਸਰਕਾਰ ਇਸ ਪਿੰਡ ਦੇ ਤਾਂ ਤੁਸੀਂ ਲੱਗਦੇ ਨਹੀਂ ਅਸੀਂ ਫੁੰਮਣਪੁਰੇ ਦੇ ਚੌਧਰੀ ਫੁੰਮਣ ਦੇ ਬੰਦੇ ਆ ਅੱਛਾ ਉਸ ਜ਼ਾਲਮ ਫੁੰਮਣ ਨੇ ਤੁਹਾਨੂੰ ਇਧਰ ਕੰਨੀ ਕਿਵੇਂ ਦੇਤੀ ਓਏ ਤਮੀਜ਼ ਨਾਲ ਗੱਲ ਕਰੋ ਤਮੀਜ਼ ਨਾਲ ਚੌਧਰੀ ਫੁੰਮਣ ਦੀ ਕੁੜੀ ਹੋ ਗਈ ਆ ਪਾਗਲ ਤੇ ਚੌਧਰੀ ਨੇ ਵੱਡੇ ਵੱਡੇ ਹਕੀਮ ਵੈਦ ਸਿਆਣਿਆਂ ਤੋਂ ਇਲਾਜ ਕਰਵਾਇਆ ਪਰ ਗੱਲ ਨਹੀਂ ਬਣੀ ਤੇ ਹੁਣ ਉਹਨੇ ਨਾ ਸਾਰੇ ਪਿੰਡਾਂ 'ਚ ਵੱਖ ਵੱਖ ਪਿੰਡਾਂ 'ਚ ਆਪਣੇ ਬੰਦੇ ਭੇਜੇ ਨੇ ਬਈ ਕੋਈ ਇਹੋ ਜਿਹਾ ਬੰਦਾ ਮਿਲੇ ਜਿਹੜਾ ਕੁੜੀ ਨੂੰ ਠੀਕ ਕਰ ਦੇਵੇ ਤੇਰੀਆਂ ਨਜ਼ਰਾਂ 'ਚ ਕੋਈ ਇਹੋ ਜਿਹਾ ਸਿਆਣਾ ਬੰਦਾ ਹੈਗਾ ਜਿਹੜਾ ਬੰਦਾ ਕੁੜੀ ਨੂੰ ਠੀਕ ਕਰ ਦੇਵੇਗਾ ਨਾ ਚੌਧਰੀ ਉਹਨੂੰ ਪੈਸਿਆਂ ਨਾਲ ਲੱਦ ਦੇਵੇਗਾ ਅੱਛਾ ਤੇ ਫਿਰ ਠੀਕ ਹੈ ਮੇਰੇ ਤੋਂ ਵੱਧ ਕਿਹੜਾ ਸਿਆਣਾ ਤੇ ਜੇ ਕੁੜੀ ਨਾ ਠੀਕ ਹੋਈ ਨਾ ਤਾਂ ਚੌਧਰੀ ਨੇ ਛਿੱਤਰ ਬੜੇ ਫੇਰਨੇ ਛਿੱਤਰ ਕਿਸੇ ਦੇ ਨਹੀਂ ਮਿੱਤਰ ਅੱਛਾ ਜੀ ਫਿਰ ਮੈਨੂੰ ਤਾਂ ਰਹਿਣ ਹੀ ਦਿਓ ਜੀ ਮੇਰੀ ਨਜ਼ਰ 'ਚ ਇੱਕ ਬੰਦਾ ਹੈਗਾ ਜੀ ਪਰ ਪਹਿਲਾਂ ਉਹਨੂੰ ਪਤਾ ਕਰਨਾ ਪਊ ਠੀਕ ਹੈ ਤੂੰ ਗੱਲ ਕਰ ਲਾ ਤੇਰੀ ਸੇਵਾ ਵੀ ਕਰਾ ਦਿਆਂਗੇ ਬਾਅਦ 'ਚ ਸੇਵਾ ਪੂਰੀ ਤੁਸੀਂ ਬੈਠੋ ਤੇ ਮੈਂ ਪਤਾ ਕਰਕੇ ਆਇਆ ਬੜਾ ਵਧੀਆ ਮੌਕਾ ਹੱਥ ਲੱਗਾ ਆ ਮੈਨੂੰ ਤੇ ਲੱਗਦਾ ਕਿ ਹੁਣ ਤੇਰੇ ਸੁੱਤੇ ਭਾਗ ਜਾਗਣ ਲੱਗੇ ਆ ਆਪਾਂ ਤਾਰਾ ਚੰਦ ਨੂੰ ਹਕੀਮ ਬਣਾ ਕੇ ਭੇਜ ਦੇਣਾ ਤਾਂ ਜੇ ਕਿਤੇ ਸਬੱਬ ਨਾਲ ਚੌਧਰੀ ਫੁੰਮਣ ਦੀ ਕੁੜੀ ਠੀਕ ਹੋ ਕੇ ਫੁੰਮਣੀਆਂ ਪਾਉਣ ਲੱਗ ਪਈ ਨਾ ਤੇ ਚੌਧਰੀ ਨੇ ਦੌਲਤਾਂ ਦੇ ਢੇਰ ਦੇਣੇ ਆ ਇਨਾਮਾਂ 'ਚ ਪਰ ਜੇ ਚੌਧਰੀ ਦੀ ਕੁੜੀ ਠੀਕ ਨਾ ਹੋਈ ਫਿਰ ਫਿਰ ਤਾਰਾ ਚੰਦ ਦੇ ਕੁੱਟ ਤੇ ਪੱਕੀ ਹੈ ਨਾ ਚੱਲ ਖੈਰ ਦੋਵਾਂ ਤਰੀਕਿਆਂ ਵਿੱਚ ਤੇਰਾ ਤਾਂ ਫਾਇਦਾ ਹੀ ਹੈ ਨਾ ਸੁਣ ਜਾਂ ਤਾਂ ਮੈਨੂੰ ਦੌਲਤ ਜਾਂ ਫਿਰ ਤੇਰਾ ਬੰਦਾ ਸੱਚੀ ਦਾ ਬੰਦਾ ਬਣ ਜੂਗਾ ਗੱਲ ਤਾਂ ਤੇਰੀ ਠੀਕ ਹੈ ਆੜਿਆ ਪਰ ਤੈਨੂੰ ਤਾਂ ਪਤਾ ਹੀ ਆ ਉਹਦਾ ਉਹਨੇ ਹਕੀਮ ਬਣ ਲਈ ਮੰਨਣਾ ਨਹੀਂ ਆ ਆਪਾਂ ਉਹਨੂੰ ਮਨਾਉਣਾ ਹੀ ਨਹੀਂ ਆਪਾਂ ਕੋਈ ਹੋਰ ਜੁਗਾੜ ਕਰਾਂਗੇ ਜੁਗਾੜ ਵੀ ਐਸਾ ਕਰੂੰਗਾ ਕਿ ਤਾਰਾ ਚੰਦ 'ਤੇ ਕੀ ਤਾਰਾ ਚੰਦ ਦਾ ਬੁੜਾ ਵੀ ਆਖੂਗਾ ਕਿ ਮੈਂ ਹਕੀਮ ਹਾਂ ਰੱਬ ਤੇਰਾ ਭਲਾ ਕਰੇ ਪਿਆਰਿਆ ਮੇਰਾ ਭਲਾ ਕਿੱਥੇ ਹੋਣਾ ਭਾਬੀਏ ਗਾਹਕਾਂ ਦੇ ਸੂਟ ਦੇਣ ਵਾਲੇ ਆ ਨਾ ਮੇਰੇ ਕੋਲ ਰੀਲਾਂ ਨਾ ਬੁਕਰਮ ਅਤੇ ਨਾ ਪੈਸਾ ਵੇ ਪੈਸਿਆਂ ਨੂੰ ਨਾ ਮਰਦਾ ਰਿਹਾ ਕਰ ਆ ਲੈ ਫੜ ਲਓ ਬਈ ਭਾਈ ਸਾਹਿਬ ਤੁਹਾਡਾ ਕੰਮ ਕਰ ਆਇਆ ਮੈਂ ਪੱਕਾ ਤੇ ਹੁਣ ਇਨਾਮ ਦੇਣ ਵੇਲੇ ਮੇਰੇ ਨਾਲ ਬਿਲਕੁਲ ਨਹੀਂ ਕਰਨਾ ਧੱਕਾ ਪਰ ਤੂੰ ਕਿਉਂ ਹੋਈ ਜਾਂਦਾ ਹੱਕਾ ਬੱਕਾ ਮੈਂ ਜੋੜਾਂ ਹਕੀਮ ਵਾਲਾ ਯੱਕਾ ਮੈਂ ਹਕੀਮ ਬਾਰੇ ਪਤਾ ਵੀ ਕਰ ਆਇਆ ਤੇ ਉਹਦੀ ਘਰ ਵਾਲੀ ਤੋਂ ਆਗਿਆ ਵੀ ਲੈ ਆ ਪਰ ਹਕੀਮ ਹੈ ਕਿੱਥੇ ਮਿਲਾਉਂਦੇ ਆ ਹਕੀਮ ਵੀ ਬਈ ਪਹਿਲਾਂ ਮੈਂ ਤੁਹਾਨੂੰ ਉਹਦੇ ਸੁਭਾਅ ਬਾਰੇ ਦੱਸਦਿਆਂ ਬਈ ਬੰਦਾ ਬੜਾ ਪਹੁੰਚਿਆ ਪਰ ਹੈ ਬੜਾ ਅੜਬ ਅੜਬ ਨਿਰਾਥਰਾ ਘੋੜਾ 24 ਘੰਟੇ ਦਾ ਸ਼ਰਾਬੀ ਬਈ ਇੱਕ ਗੱਲ ਆ ਰੱਬ ਨੇ ਉਹਦੇ ਹੱਥ 'ਚ ਇੰਨੀ ਕੁ ਸ਼ਫਾ ਦਿੱਤੀ ਆ ਬਈ ਮੁਰਦਿਆਂ 'ਚ ਜਾਨ ਪਾ ਦਿੰਦਾ ਜੀ ਪਰ ਇੱਕ ਗੱਲ ਹੋਰ ਬੰਦਾ ਬੜਾ ਹੀ ਢੀਠ ਹੈ ਮੰਨਦਾ ਨਹੀਂ ਛੇਤੀ ਕਿ ਮੈਂ ਹਕੀਮ ਹਾਂ ਬਈ ਤੇ ਫਿਰ ਕੀ ਫਾਇਦਾ ਓਏ ਉਹਨੂੰ ਮਨਾਉਣ ਦਾ ਕੋਈ ਤਰੀਕਾ ਵੀ ਤਾਂ ਹੋਊਗਾ ਹੈਗਾ ਤਰੀਕਾ ਪਰ ਜਿਹੜਾ ਟੇਢਾ ਪਤਾ ਨਹੀਂ ਉਹਦਾ ਸੁਭਾਅ ਕੈਸਾ ਆ ਬਈ ਕੁੱਟ ਖਾਣ ਤੋਂ ਬਾਅਦ ਹੀ ਮੰਨਦਾ ਕਿ ਮੈਂ ਹਕੀਮ ਹਾਂ ਇਹ ਤਾਂ ਸਾਡਾ ਰੋਜ਼ ਦਾ ਹੀ ਕੰਮ ਆ ਲੈ ਹੁਣੇ ਪਾ ਲੈਂਦੇ ਲੰਮਿਆਂ ਤੂੰ ਉਹਦਾ ਪਤਾ ਦੱਸ ਹਕੀਮ ਸਾਹਿਬ ਕਿਤੇ ਦੂਰ ਨੇ ਆਹ ਸਾਹਮਣੇ ਖੜੇ ਨੇ
ਬਈ ਜਾਂਦੇ ਲੰਮੇ ਪਾ ਲਓ ਭੈਣ ਦਿਓ ਜਿੱਥੇ ਪੈਂਦੀ ਆ ਬਈ ਫਿਰ ਆਪੇ ਹੀ ਮੰਨੂ ਬਈ ਮੈਂ ਹਕੀਮ ਹਾਂ ਤਾਰਾ ਚੰਦ ਲੈ ਬਈ ਤਾਰਾ ਚੰਦਾ ਅੱਗੇ ਤੂੰ ਭਾਬੀ ਦੇ ਹੱਥੋਂ ਪਰੌਂਠੇ ਕਰ ਲਾ ਹੁਣ ਇਹਨਾਂ ਦੇ ਹੱਥੋਂ ਵੀ ਖਾ ਸ਼ੇਰਾ ਚਲੋ ਜੀ ਤੁਸੀਂ ਉਹ ਹਕੀਮ ਤਾਰਾ ਚੰਦ ਕੀ ਉਹ ਹਕੀਮ ਤਾਰਾ ਚੰਦ ਤੁਸੀਂ ਹੋ ਨਾ ਉਹ ਨਹੀਂ ਭਾਈ ਸਾਹਿਬ ਮੈਂ ਹਕੀਮ ਤਾਰਾ ਚੰਦ ਨਹੀਂ ਆ ਮੈਨੂੰ ਲੱਗਦਾ ਬਈ ਇਹਨਾਂ ਨੇ ਏਦਾਂ ਨਹੀਂ ਮੰਨਣਾ ਮੰਨੇਗਾ ਵੀ ਤੂੰ ਹਕੀਮ ਹੈ ਮੰਨੇਗਾ ਵੀ ਤੂੰ ਹਕੀਮ ਹੈ ਤਾਰਾ ਚੰਦਾ ਓਏ ਕਿਉਂ ਐਵੇਂ ਕੁੱਟ ਖਾਈ ਜਾਂਦਾ ਇਹਨਾਂ ਪਤੰਦਰਾਂ ਕੋਲੋਂ ਮੈਂ ਮੰਨ ਹੀ ਜਾਂਦਾ ਕਿ ਮੈਂ ਹੀ ਹਾਂ ਹਕੀਮ ਤਾਰਾ ਚੰਦ ਭਾਈ ਸਾਹਿਬ ਹਾਂਜੀ ਮੈਂ ਹੀ ਹਾਂ ਜੀ ਹਕੀਮ ਤਾਰਾ ਚੰਦ ਅੱਛਾ ਵਾਹ ਬਈ ਵਾਹ ਹਕੀਮ ਜੀ ਆਖਰ ਮੰਨ ਹੀ ਗਏ ਵੀ ਇਹ ਹਕੀਮ ਨੇ ਚਲੋ ਫਿਰ ਹਕੀਮ ਜੀ ਸਾਡੇ ਨਾਲ ਕਿੱਥੇ ਬਈ ਚੌਧਰੀ ਫੁੰਮਣ ਦੀ ਹਵੇਲੀ ਉਹਦੀ ਪਾਗਲ ਧੀ ਨੂੰ ਤੁਸੀਂ ਠੀਕ ਕਰਨਾ ਏ ਤੇ ਫਿਰ ਪਹਿਲਾਂ ਹਕੀਮ ਤਾਰਾ ਚੰਦ ਦੀ ਸਵਾਰੀ ਨੂੰ ਘਰ ਲੈ ਕੇ ਚੱਲੋ ਹਕੀਮ ਸਾਹਿਬ ਜ਼ਰਾ ਤਿਆਰ ਸ਼ਿਆਰ ਹੋਣਗੇ ਫਿਰ ਤੁਹਾਡੇ ਨਾਲ ਚੱਲਣਗੇ ਚੌਧਰੀ ਫੁੰਮਣ ਦੀ ਹਵੇਲੀ ਤੇ ਉੱਥੇ ਜਾ ਕੇ ਇਲਾਜ ਕਰਨਗੇ ਫੁੰਮਣ ਦੀ ਫੁੰਮਣੀ ਦਾ ਓਕੇ ਕੰਮ ਆ ਹੀ ਗਏ ਡੰਡੇ ਠੋਕੇ ਚੱਲ ਪਈ ਗਰਦਾਰੀ ਚੱਕ ਲੈ ਹਕੀਮ ਜੀ ਦੀ ਸਵਾਰੀ ਕਿੰਨੀ ਕੁ ਦੂਰ ਜਾਣਾ ਉਹ ਤੁਸੀਂ ਬੈਠੇ ਰਹੋ ਪੈਂਡਾ ਤੇ ਅਸੀਂ ਕਰਨ ਡਏ ਆ ਆਇਓ ਲੱਭਾ ਲੱਭਾ ਮੈਂ ਇਹ ਤੁੜੀ ਦਾ ਤੀਹ ਤਲਾ ਤੁੜੀ ਨੂੰ ਅੰਦਰ ਲੈ ਜਾ ਦਲਾਬੋ ਚੌਧਰੀ ਸਾਹਿਬ ਇਹੋ ਜਿਹਾ ਹਕੀਮ ਲੱਭ ਕੇ ਲਿਆਏ ਆ ਜਿਹੜਾ ਕੁੜੀ ਨੂੰ ਪਲਾਂ ਚ ਠੀਕ ਕਰ ਦੇਗਾ ਤੁਹਾਡਾ ਨਾਂ ਕੀ ਹੈ ਹਤੀਨ ਸਾਹਿਬ ਮੇਰਾ ਨਾਮ ਤਾਲਾ ਤੰਡ ਹੈ ਤੂੰ ਮੇਰੀਆਂ ਨਤਲਾਂ ਲਾਉਂਦਾ ਹਾਲੇ ਤਾਂ ਤੂੰ ਦੇਤ ਮੈਂ ਤੇਲਾ ਤੀਹ ਤੀਹ ਲਾਨਾ ਤਿਸ ਮੁਲਕ ਨੂੰ ਤਤਿਤ ਲੈ ਆਇਓ ਲੈ ਜਾਓ ਇਸ ਨੂੰ ਮੇਰੀਆਂ ਅੱਤਾਂ ਤੋਂ ਦੂਰ ਚੱਲ ਦੋ ਇਹ ਕੀ ਕਰ ਰਹੇ ਹੋ ਚੌਧਰੀ ਸਾਹਿਬ ਗੁੱਸਾ ਨਾ ਕਰੋ ਇਹ ਬੰਦਾ ਜਰਾ ਡੇਢਾ ਹੈ ਸ਼ਰਾਬੀ ਹੈ ਪਰ ਹਕੀਮ ਬੜਾ ਪਹੁੰਚਿਆ ਹੋਇਆ ਜੇ ਬੱਚੀ ਦਾ ਇਲਾਜ ਕਰਾਉਣਾ ਹੈ ਨਾ ਤੇ ਇਹਦੀਆਂ ਹਰਕਤਾਂ ਵੀ ਬਰਦਾਸ਼ਤ ਕਰੋ ਅੱਥਾ ਕੋਈ ਗੱਲ ਨਹੀਂ ਅਤੀਮ ਜੀ ਤੁਸੀਂ ਤੱਤੇ ਆਏ ਹੋ ਪਹਿਲਾਂ ਐਲਾਨ ਤਲ ਲਓ ਫਿਰ ਤੁਹਾਨੂੰ ਦਿਤਾਨੇ ਆ ਉਹ ਤੁੜੀ ਜਿਹਦਾ ਤੁਸੀਂ ਇਲਾਜ ਤਲਣਾ ਠੀਕ ਹੈ ਮੈਂ ਤਾਂ ਪਛਤਾਉਣੀ ਆ ਉਸ ਘੜੀ ਨੂੰ ਜਦੋਂ ਮੋਏ ਪਿਆਰੇ ਦੇ ਆਖੇ ਲੱਗ ਕੇ ਮੈਂ ਆਪਣੇ ਫੁੱਲਾਂ ਅਰਗੇ ਮੈਂ ਕਿਹਾ ਜੀ ਨੂੰ ਤੋਰਤਾ ਮੋਰ ਦੇ ਮੂੰਹ 'ਚ ਹਾਏ ਹੁਣ ਕੀ ਬਣੂਗਾ ਵਿਚਾਰੇ ਦਾ ਨੀ ਉਹਦੀ ਜਾਨ ਫਸੀ ਪਈ ਆ ਤੈਨੂੰ ਚਾ ਚੜਿਆ ਛੁਆਰੇ ਦਾ ਮੈਂ ਤੈਨੂੰ ਕਿੰਜ ਸਮਝਾਵਾਂ ਬਿਮਲਾ ਬੋਲ ਕੇ ਬਗਿਆੜਾ ਚ ਫਸ ਗਿਆ ਮੇਰਾ ਖਰਗੋਸ਼ ਨਾ ਕਰ ਹੁਣ ਉਹਦਾ ਉਹ ਕੀ ਹੋ ਗਿਆ ਭਾਬੀ
ਹੋਇਆ ਕੀ ਆ ਕਿਉਂ ਰੋ ਰੋ ਕੇ ਅਸਮਾਨ ਸਿਰ ਤੇ ਚੁੱਕੇ ਆਈ ਉਹ ਪਹਿਲਾਂ ਤੇਰੀ ਆਵਾਜ਼ ਸੁਣ ਕੇ ਪਿੰਡ ਦੀਆਂ ਸਾਰੀਆਂ ਇੱਲਾਂ ਭੱਜ ਗਈਆਂ ਉਹ ਹੁਣ ਕਾਂ ਭਜਾਉਣੇ ਹੀ ਮੈਂ ਤੇਰੇ ਪਿੱਛੇ ਲੱਗ ਕੇ ਮੈਂ ਆਪਣਾ ਬੰਦਾ ਮੌਤ ਦੇ ਮੂੰਹ 'ਚ ਭੇਜਤਾ ਹੈ ਕਮਲੀ ਭਾਬੀ ਉਹ ਜਿੱਥੋਂ ਜ਼ਿੰਦਗੀ ਦੀਆਂ ਦੌਲਤਾਂ ਮਿਲਣੀਆਂ ਉਹ ਤੂੰ ਉਹਨੂੰ ਮੌਤ ਦਾ ਮੂੰਹ ਦੱਸਦੀ ਆ ਭਾਬੀ ਮੈਂ ਤਾਂ ਤੇਰੇ ਭਲੇ ਲਈ ਸਲਾਹ ਦਿੱਤੀ ਸੀ ਨਾ ਇਹ ਵੀ ਸੋਚ ਭਾਬੀ ਜੇ ਕਿਤੇ ਚੌਧਰੀ ਫੁੰਮਣ ਦੀ ਧੀ ਆਪਣੇ ਆਪ ਹੀ ਠੀਕ ਹੋ ਗਈ ਨਾ ਤੇ ਚੌਧਰੀ ਨੇ ਤਾਂ ਇਹੀ ਸਮਝਣਾ ਕਿ ਤਾਰੇ ਚੰਦ ਨੇ ਠੀਕ ਕੀਤੀ ਆ ਤਾਂ ਫਿਰ ਜਿਹੜੀਆਂ ਚੌਧਰੀ ਵੱਲੋਂ ਦੌਲਤਾਂ ਮਿਲਣੀਆਂ ਨਾ ਤੇਤੋਂ ਭਾਬੀ ਸਾਂਭੀਆਂ ਨਹੀਂ ਜਾਣੀਆਂ ਪਰ ਜੇ ਚੌਧਰੀ ਦੀ ਕੁੜੀ ਠੀਕ ਨਾ ਹੋਈ ਚੌਧਰੀ ਵੱਲੋਂ ਮਿਲੀ ਦੌਲਤ ਤਾਰਾ ਚੰਦ ਲੱਦ ਕੇ ਲਿਆਇਆ ਨਾ ਤੇ ਤੇਰੇ ਲਈ ਇੱਕ ਲਿਆਇਆ ਸੂਟ ਉਹ ਵੀ ਗੋਟੇ ਵਾਲਾ ਤੇ ਤੂੰ ਗੋਟੇ ਵਾਲਾ ਸੂਟ ਪਾ ਕੇ ਠੁਮਕ ਠੁਮਕ ਕਰਦੀ ਫਿਰਦੀ ਹੈ ਤੇ ਤਾਰਾ ਚੰਦ ਤੇਰੇ ਹੁਸਨ ਤੇ ਮਰਿਆ ਡਾਰਿਆ ਲੱਕ ਟੁੱਟ ਜਾਊ ਹੁਲਾਰੇ ਖਾਂਦੀ ਦਾ ਸੱਚੀ ਇਸ ਤਰ੍ਹਾਂ ਹੋ ਸਕਦਾ ਵਾ ਪਿਆਰਿਆ ਉਹ ਭਾਬੀ ਭਾਬੀ ਏਦਾਂ ਹੀ ਹੋ ਤੂੰ ਘਬਰਾ ਨਾ ਹੌਸਲਾ ਰੱਖ ਤੇ ਮੈਨੂੰ ਇੱਕ ਨੋਟ ਦੇ ਸੌਦਾ ਖੋਤੇ ਦੇ ਆਖਰੀ ਤੂੰ ਏਦਾਂ ਹੀ ਗੱਲਾਂ ਚ ਲਾ ਕੇ ਹਰ ਵਾਰੀ ਮੇਰੇ ਕੋਲੋਂ ਨੋਟ ਭੋਟ ਕੇ ਲੈ ਜਾਂਦਾ ਵਾ ਭਾਬੀ ਹੁਣ ਤੂੰ ਸ਼ਾਣੀ ਹੋ ਜਾਣਾ ਤੇ ਨਿੱਕੇ ਮੋਟੇ ਖਰਚਿਆਂ ਦੀ ਬਿਲਕੁਲ ਪਰਵਾਹ ਨਾ ਕਰੀ ਮੈਂ ਤਾਂ ਤੇਰਾ ਦਿਓਰ ਉਹ ਵੀ ਪਲੇਠੀ ਦਾ ਚੌਧਰੀ ਸਾਹਿਬ ਇਹ ਕੁੜੀ ਪਹਿਲਾਂ ਪਾਗਲ ਹੋਈ ਸੀ ਕਿ ਪਹਿਲੇ ਇਹਨੇ ਬੋਲਣਾ ਬੰਦ ਕੀਤਾ ਸੀ ਅਤੀਮ ਜੀ ਪਾਗਲ ਤਾਂ ਉਹ ਬਾਤ ਹੋਈ ਸੀ ਪਹਿਲਾਂ ਉਹਨੇ ਬੋਲਣਾ ਬੰਦ ਕੀਤਾ ਸੀ ਭਾਈ ਸਾਹਿਬ ਮਿਰਚਾਂ ਲਿਆਓ ਹਰੀਆਂ ਹਰੀਆਂ ਮਿਰਚਾਂ ਬੱਚੀ ਨੂੰ ਖਵਾਉਣੀ ਆ ਮੇਰੀ ਤੁੜੀ ਮਾਰਨੀ ਆ ਤੂੰ ਤੇ ਬੁਲਾਓ ਨਾ ਮੇਰਾ ਮਤਲਬ ਘਬਰਾਓ ਨਾ ਦੇਖੋ ਤੋਤਾ ਬੇਜ਼ਬਾਨ ਤੋਤੇ ਨੂੰ ਵੀ ਤੇ ਹਰੀਆਂ ਮਿਰਚਾਂ ਖਵਾਓ ਨਾ ਚੌਧਰੀ ਸਾਹਿਬ ਤੇ ਉਹ ਵੀ ਰਾਮ 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 ਬੋਲਣ ਲੱਗ ਪੈਂਦਾ ਏਦਾਂ ਹੀ ਇਹ ਕੁੜੀ ਵੀ ਬੋਲਣ ਲੱਗੂਗੀ ਇਹ ਮੇਰਾ ਸ਼ਰਤੀਆ ਨੁਸਖਾ ਹੈ ਚੌਧਰੀ ਸਾਹਿਬ ਹਤੀਮ ਜੀ ਫਿਰ ਤੁਸੀਂ ਤੁਤ ਤਰੋ ਹਰੀਆਂ ਮਿਰਚਾਂ ਲਿਆਓ ਛੇਤੀ ਓਏ ਆ ਵੀ ਜਾ ਹੁਣ ਲੈ ਕੁੜੀਏ ਖਾ ਮਿਰਚਾਂ ਬਸ ਕਰ ਕੁੜੀਏ ਬਸ ਕਰ ਚੌਧਰੀ ਸਾਹਿਬ ਇਹ ਕੁੜੀ ਨੇ ਮਿਰਚਾਂ ਨਾਲ ਠੀਕ ਨਹੀਂ ਹੋਣਾ ਇਹਦੀ ਬਿਮਾਰੀ ਜ਼ਿਆਦਾ ਹੀ ਔਖੀ ਆ ਇਹਦੇ ਲਈ ਤਾਂ ਮੈਨੂੰ ਕੋਈ ਹੋਰ ਇਲਾਜ ਹੀ ਲੱਭਣਾ ਪੈਣਾ ਕੀ ਗੱਲ ਹੈ ਪਿਆਰਿਆ ਬੜਾ ਕਾਲੀ ਕਾਲੀ ਭੱਜਾ ਜਾਂਦਾ ਕਿਆ ਕੰਮ ਕਾਲਾ ਆ ਮੈਂ ਤੈਨੂੰ ਫੇਰ ਮਿਲੂੰਗਾ ਕਾਕਾ ਕੰਮ ਤਾਂ ਕਾਲਾ ਪੈਣਾ ਹੀ ਆ ਤੂੰ ਤਾਰੇ ਨੂੰ ਜੋ ਫਸਾਤਾ ਹੀ ਕਸੂਤਾ ਪਰ ਇਸ ਵੇਲੇ ਤਾਂ ਮੈਨੂੰ ਤੂੰ ਫਸਾ ਕੇ ਖਲੋਤਾ ਨਾਲੇ ਮੈਂ ਉਹਨੂੰ ਕਿੱਦਾਂ ਫਸਾਤਾ ਉਹ ਮੈਨੂੰ ਘੱਟ ਗਾਲਾਂ ਕੱਢਦਾ ਸੀ ਉਹ ਸ਼ਦਾਈਆ ਯਾਰਾਂ ਦੋਸਤਾਂ 'ਚ ਇੱਦਾਂ ਚੱਲਦਾ ਹੀ ਰਹਿੰਦਾ ਪਰ ਮੈਨੂੰ ਤੇਰਾ ਬਦਲਾ ਲੈਣ ਵਾਲੀ ਗੱਲ ਜਚੀ ਨਹੀਂ ਵੈਸੇ ਸੁੱਖਿਆ ਸੱਚ ਪੁੱਛੇ ਅਤੇ ਮੈਂ ਵੀ ਅੰਦਰੋਂ ਬੜਾ ਸ਼ਰਮਿੰਦਾ ਯਾਰ ਪਰ ਹੁਣ ਕਰਾਂ ਕੀ ਫਿਲਹਾਲ ਜੋ ਤੂੰ ਕਰਨਾ ਹੈ ਕਰ ਤੇ ਫਿਰ ਜਾ ਕੇ ਤਾਰੇ ਦਾ ਪਤਾ ਲੈ ਪਤਾ ਨਹੀਂ ਕਿਸ ਹਾਲ 'ਚ ਹੁਣ ਸੁਖਿਆ ਇੱਧਰੋਂ ਵਿਹਲਾ ਹੋ ਗਏ ਮੈਂ ਜਾਣਾ ਫੁੰਮਣ ਚੌਧਰੀ ਵੱਲ
ਠੀਕ ਹੈ ਨਾ, ਦੇਖਦਾ ਵੀ ਤਾਰੇ ਦਾ ਕੀ ਬਣਿਆ। ਚੰਗਾ ਧਮਕਾ। ਓਹੋ ਵਾਹ ਨੀ ਕਿਸਮਤ, ਕਿਹੜੇ ਰਾਹ ਪਾਤਾ ਤੂੰ ਮੈਨੂੰ। ਲਖੈਤਾਂ ਦੀਆਂ ਡਾਂਗਾਂ ਤੋਂ ਡਰਦੇ ਨੇ ਝੂਠ ਬੋਲਿਆ ਸੀ ਕਿ ਮੈਂ ਹਕੀਮ ਹਾਂ, ਤੇ ਹੁਣ ਹਕੀਮ ਬਣ ਕੇ ਆਪ ਹੀ ਫਸ ਗਿਆ ਆਪਣੇ ਝੂਠ 'ਚ। ਉਹ ਮੈਨੂੰ ਤੇ ਹਕੀਮੀ ਦਾ ਊੜਾ ਵੀ ਨਹੀਂ ਆਉਂਦਾ, ਕੁੜੀ ਦਾ ਇਲਾਜ ਮੈਂ ਸਵਾਹ ਕਰਨਾ, ਪਰ ਜੇ ਇਲਾਜ ਨਾ ਲੱਭਾ ਕੁੜੀ ਦਾ ਤੇ ਉਹਦੇ ਥੱਥੇ ਜੇ ਪਿਓ ਚੌਧਰੀ ਫੁੰਮਣ ਮੈਨੂੰ ਜਾਨੋ ਮਾਰ ਦੇਣਾ। ਤਾਰਾ ਚੰਦਾ ਕੁਝ ਸੋਚ, ਲੱਭ ਕੋਈ ਕੁੜੀ ਦਾ ਇਲਾਜ। ਚਾਹ ਲੈ ਲਓ। ਇੱਕ ਪਿਆ ਮੈਨੂੰ ਗੁਲਾਬ ਵਾਲੀ ਕੁਝ ਸੋਚਣ ਦਿੰਦੀ, ਹੁਣ ਬੰਦਾ ਪੁੱਛੇ ਮੈਂ ਤੇਰੇ ਹਾਸੇ ਦੇਖਾ ਕਿ ਕੁੜੀ ਦਾ ਇਲਾਜ ਲੱਭਾ। ਚੌਧਰੀ ਸਾਹਿਬ ਆਓ ਜੀ। ਹਕੀਮ ਜੀ ਕੋਈ ਹੋਰ ਇਲਾਜ ਲੱਭਾ ਮੇਰੀ ਧੀ ਲਈ। ਚੌਧਰੀ ਸਾਹਿਬ ਅੱਜ ਮੈਂ ਤੁਹਾਨੂੰ ਸਾਰੀ ਗੱਲ ਸਾਫ਼ ਸਾਫ਼ ਦੱਸਣ ਆਇਆ। ਚੌਧਰੀ ਸਾਹਿਬ ਮੈਂ ਤੁਹਾਡੀ ਧੀ ਨੂੰ ਠੀਕ ਨਹੀਂ ਕਰ ਸਕਦਾ ਕਿਉਂਕਿ ਮੈਂ ਕੋਈ ਹਕੀਮ ਹਕੂਮ ਨਹੀਂ ਹਾਂ। ਕੀ ਕਿਹਾ, ਤੁਸੀਂ ਹਕੀਮ ਨਹੀਂ ਹੋ? ਹਾਂ ਚੌਧਰੀ ਸਾਹਿਬ, ਮੈਂ ਤਾਂ ਇੱਕ ਮਾਮੂਲੀ ਜਿਹਾ ਬੰਦਾ, ਲੋਕਾਂ ਦੀਆਂ ਹਜਾਮਤਾਂ ਕਰਨ ਵਾਲਾ, ਤੇ ਫਿਰ ਤੁਹਾਡੇ ਲਠੈਤ ਮੈਨੂੰ ਇੱਥੇ ਲੈ ਆਏ। ਚੌਧਰੀ ਸਾਹਿਬ ਮੈਨੂੰ ਮਾਫ਼ ਕਰ ਦਿਓ, ਆ ਤੁਹਾਡੇ ਅੱਗੇ ਹੱਥ ਜੁੜੇ, ਮੈਨੂੰ ਮਾਫ਼ ਕਰ ਦਿਓ ਚੌਧਰੀ ਸਾਹਿਬ, ਤੇ ਮੈਨੂੰ ਜਾਣ ਦੀ ਆਗਿਆ ਦਿਓ। ਇੱਥੇ ਲੁੱਤਾ, ਆ ਤੂੰ ਕੀ ਚੱਲ ਲਿਆ? ਤੁਸੀਂ ਆਪ ਹੀ ਤੇ ਕਿਹਾ ਸੀ ਜੀ ਇੱਥੇ ਲੁੱਕ ਜਾ। ਤਈ ਹੈ ਕਿਸ ਤਰ੍ਹਾਂ ਮਾਫ਼ ਕਰਦਿਆਂ ਸਾਡੇ ਨਾਲ ਹੀ ਝੂਠ। ਇਹ ਸੱਚੇ ਪਾਤਸ਼ਾਹ ਮੇਰਾ ਸੁਭਾਗ ਤੇ ਮੇਰ ਕਰੀ ਦੁਆ ਤਿਆ, ਮੇਰ ਕਰੀ ਉਹ ਪਤਾ ਨਹੀਂ ਕਿਹੜੀ ਮੁਸੀਬਤ ਨੂੰ ਫਸਿਆ ਹੋਣਾ। ਮੇਰ ਕਰੀ ਦਾਤਿਆ, ਮੇਰ ਕਰੀ। ਭਾਬੀ ਭਾਬੀ ਤੂੰ ਲੁੱਟੀ ਗਈ, ਤੂੰ ਬਰਬਾਦ ਹੋ ਗਈ। ਹੋਰ ਮੈਂ ਮਰ ਗਈ, ਕੀ ਲੋੜਾ ਆ ਗਿਆ। ਤਾਰੇ ਚਾਹੁੰਦੇ ਨੇ ਸੱਚ ਸੱਚ ਦੱਸਦਾ ਚੌਧਰੀ ਨੂੰ, ਕਹਿੰਦਾ ਮੈਂ ਕੋਈ ਹਕੀਮ ਨਹੀਂ, ਮੈਂ ਤਾਂ ਲੋਕਾਂ ਦੀਆਂ ਹਜਾਮਤਾਂ ਕਰਨ ਵਾਲਾ। ਇੰਨੀ ਗੱਲ ਸੁਣ ਕੇ ਚੌਧਰੀ ਨੇ ਉਹਦੀ ਪੱਕੀ ਹਜਾਮਤ ਕਰਨ ਦਾ ਹੁਕਮ ਦੇ ਦਿੱਤਾ। ਮੈਂ ਮਰ ਗਈ। ਕਹਿੰਦਾ ਮੇਰੇ ਭੈਣ ਪਾਈ ਜਾਣੀ ਹੈ, ਮੇਰੇ ਭੈਣ ਬਾਅਦ ਚ ਪਾ ਲਈ। ਪਹਿਲਾਂ ਉੱਠ, ਸਾਰੇ ਚੰਦ ਨੂੰ ਬਚਾਉਣ ਲਈ ਕੋਈ ਠੰਡੇ ਦਿਮਾਗ ਨਾਲ ਜੁਗਤ ਬਣਾ। ਅੱਜ ਆਖਰੀ ਵੇਲਾ ਆ ਗਿਆ, ਰਾਤੀ ਉੱਡ ਜਾਣਾ ਤੇਰਾ ਭਾਰ।